ایکونک پروجیکټ پرې کې نن خبره کوم نو ډول ته ولا روډ میپ پر او پوجي دی ولا روډ میپ چې دا راګه اکونومي څه دا موږ ډایرکټ چې دا غا دی ولا روډ میپ تا چې موږ دې روډ میپ کې وښو چې به دې کې کوم ډول وښو نو جنوري 2021 کې دا ائیډیا انسپشن دی ولا کړی وا او ایکسایټینګ فیوچر چې دا غا دې کې موجود وو بیا کوم ډول وښو نو فروری 2021 کې دې چې دا ټیم ریکروټینګ کړو هغه نه بعد انیشل پلیټفارم آرکیټیکچر جوړ کړو او فنکشنالټی ډیزاین جوړ کړی وا نو هغه کې دې چې دا فرست development alpha release kadao agar baat cheda initial testing start kadao aur beta release kadao bya ka mujhe waqt suno mai 2021 ke jada smart contract development start kadao aur june 2021 ke jada blockchain alpha release initial testing aur rebranding de jada shuru kadao bya august 2021 ka bara ka mujhe waqt suno ye ke jada dai toll jada iconic chukum website da ga launch kadao aur chukum da ho complete shai di ਪਰਸਮਾ ਕੇ ਜਿਕੁਮ ਰੋਨ ਦੀ ਆਗਾ ਚੇਦਾ ਬੇਬੀ ਸਮਾਰਟ ਕੰਟੈਕਟ ਆਡਿਟ ਦਾ ਪਕੇ ਆਗੇ ਨਾ ਬਾਤ ਪਰਫਾਰਮ ਡਿਵੈਲਪਮੈਂਟ ਦਾ ਆਡਿਟਡ ਔਰ ਸਿਕਿਉਰ ਸਮਾਰਟ ਕੰਟੈਕਟ ਪਕੇ ਅਵੇਲੇਬਲ ਦੀ ਬਗੀ ਚੇਦਾ ਵੈਲਿਡ ਕਰੇ ਕੋ ਮੀਟਾ ਮਾਸ ਕਨੈਕਟਿਵਿਟੀ ਪਕੇ ਅਵੇਲੇਬਲ ਦਾ ਐਕਸਬੌਕਸ ਨੇਟਿਵ ਇੰਟੀਗ੍ਰੇਸ਼ਨ ਦਾ ਅਗੇ ਨਾ ਬਾਤ 3D ਐਨਐਫਟੀ ਸਪੋਰਟ ਔਰ ਕੰਪਲੀਟ 1.0 ਦਾ ਔਰ ਅਗੇ ਨਾ ਬਾਤ ਚੇਦਾ ਐਨਐਫਟੀ ਮਿੰਟਿੰਗ ਐਨਐਫਟੀ ਗੈਲਰੀ ਪਲੇਸ ਔਰ ਮਾਰਕੀਟ ਪਲੇਸ ਦੇ ਜਿਹੜਾ ਮੌਜੂਦ ਦਾ ਅਗੇ ਨਾ ਇਲਾਵਾ ਜਿਹਦਾ ਕਸਟਮਾਈਜ਼ ਯੂਜ਼ਰ ਪ੍ਰੋਫਾਈਲ ਔਰ ਆਈਪੀਐਸ ਡਾਟਾ ਸਟੋਰੇਜ ਸਿਸਟਮ ਦਾ ਐਨਐਫਟੀ ਦੇ ਆਰਡਰ ਦੇ ਪਰ ਐਨਐਫਟੀ ਟ੍ਰਾਫੀ ਰੂਮ ਬੋ ਦੇ ਜੋੜੇ ਕੁਆਟਰ 1 2022 ਕਿ ਮੁਰੇ ਹੋਕਸ ਨੂੰ ਬੈਦਾ ਨੇਟਿਵ ਟੋਕਨ ਨੂੰ ਯੂਐਸਡੀਟੀ ਸਪੋਰਟ ਬੋ ਦੇ ਜਿਹੜਾ ਇਥੇ ਨੇ ਪੋਲੀਗੋਨ ਬਾਇਨਾਂਸ ਇਕਨਿਕ ਟੋਕਨ ਸਪੋਰਟ ਕਰ ਕੇ ਬਾਇਨਾਂਸ ਟੋਕਨ ਮੰਦੇ ਅਗੇ ਨਾ ਬਾਤ ਪੀਐਸ 2981 ਜਿਹਦਾ ਗਾ ਬਰਨਿੰਗ ਬੁੱਕ ਹੈ ਐਨਐਫਟੀ ਰਾਇਲਟੀ ਦੇ ਪਰਾ ਤੇ ਸਟੈਂਡਰਡ ਕਨਫਿਗਰੇਬਲ ਸਰਵਿਸ ਔਰ ਫ੍ਰੀ ਚੇ ਦਾ ਵੀਡੀਓ ਐਡੀਟਰ ਔਰ ਕੰਪਲੀਟ ਚੇ ਦਾ ਗਾ ਦੇ ਕੇ ਮਲਕੀ ਜੀ ਬਾਕੀ ਸਟੇਟ ਆਫ ਦੀ ਆਰਟ ਐਨਐਫਟੀ ਉਹਦਾ ਜੋੜਈ ਔਰ ਤਾਂ ਚੇ ਦਾ ਗਾ ਨੰਬਰ ਕ੍ਰੀਏਸ਼ਨ ਔਰ ਮਿੰਟਿੰਗ ਚੇ ਦਾ ਬਾਇ ਸੇਲ ਦਾ ਮਾਰਕੀਟਿੰਗ ਪਲੇਸ ਕੇ ਦਾ ਤੁਸੀਂ ਦੇ ਐਨਐਫਟੀ ਵਾਲਾ ਕਵਾਇਸ਼ੀ ਕੁਆਟਰ 2 2022 ਕੇ ਜਿਹਦਾ ਆਇਕਨਿਕ ਜੀਬੋ ਜਦਾ ਗਾ ਪਲਾਨ ਦਾ ਅਗੇ ਨਾ ਬਾਦ ਆਇਕਨਿਕ ਪਰਫਾਰਮ ਲਾਂਚ ਇੰਟੀਫਾਈ ਵੈਰੀਫਿਕੇਸ਼ਨ ਦਾ ਪਕੇ ਐਨਵਾਇਰਨਮੈਂਟ ਜਦਾ ਫਰਮ ਫਿਲ ਡਿਵੈਲਪ ਦਾ ਅਗੇ ਨਾ ਬਾਦ ਜਦਾ ਬੈਜ ਦੇ ਐਨਐਫਟੀ ਸਰ ਸਟੇਟਸ ਦੀ ਰਿਪੋਰਟ ਉਹ ਪਕੇ ਜੁੜੀ ਜੀ ਔਰ ਅਗੇ ਨਾ ਬਾਦ ਜਦਾ ਦਾ ਟੂਲ ਮੀਟਾਵਰਸ ਡਿਵੈਲਪਮੈਂਟ ਪਕੇ ਮੌਜੂਦ ਦਾ ਐਕਸਪੋਰਟ ਹਾਲ ਆਫ ਫੇਮ ਗੈਲਰੀ ਪਕੇ ਦਾ ਲਾਈਵ ਸਪੋਰਟਸ ਔਰ ਗੇਮਿੰਗ ਈ-ਕਾਮਰਸ ਔਰ ਰੀਅਲ ਏਸਟੇਟ ਸੇਲਸ ਪਕੇ ਮੌਜੂਦ ਦੀ ਕਾਕਵਾਰ 3 ਤੰਗ ਰੋ ਲੂਟੂ ਕਾਰਡ 3 ਤੂ ਨੰਬਰ 2 ਜਿਹੜਾ ਦਾ ਇਹ ਹੋ ਜਦਾ ਈਐਸਸੀ ਬੀਐਸਸੀ ਬ੍ਰਿਜ ਜੁੜਈ ਅਗੇ ਨਾ ਬਾਦ ਬੀਐਸਸੀ ਪੋਲੀਗਨ ਬ੍ਰਿਜ ਜੁੜਈ ਅਗੇ ਨਾ ਬਾਦ ਕ੍ਰਾਸ ਚੇਨ ਔਰ ਕ੍ਰਾਸ ਲੇਅਰ ਐਸੇ ਟ੍ਰਾਂਸਫਰ ਦਾ ਗਾ ਇਨਵੈਸਟੀਗੇਸ਼ਨ ਬਕਈ ਬੈਚ ਮੈਂਟਿੰਗ ਬਕੀ ਮੌਜੂਦ ਦਾ ਆਕਸ਼ਨ ਮੇਕ ਐਂਡ ਆਫਰ ਬਕੀ ਦਾ ਅਗੇ ਨਾ ਬਾਦ ਐਨਾਲਿਟਿਕਸ ਬਕੀ ਦੀ ਐਨਐਫਟੀ ਟ੍ਰਾਂਜੈਕਸ਼ਨ ਔਰ ਅਗੇ ਨਾ ਬਾਦ ਪਰਫਾਰਮੈਂਸ ਹਿਸਟਰੀ ਬਕੀ ਦਾ ਇਨੀਸ਼ੀਅਲ ਐਡੀਸ਼ਨ ਬਕੀ ਵੀ ਜਾਈ ਕੇ ਇੰਡੀ ਗੇਮ ਵੀ ਔਰ ਅਗੇ ਨਾ ਬਾਦ ਦਾ ਇਨਕੂਬੇਟਰ ਵਗੈਰਾ ਹੈ ਕਿ ਕੌਨ ਬਕੀ ਮੌਜੂਦ ਦੀ ਇਕੋਨਿਕ ਕਲੈਕਸ਼ਨ ਜਿਹਦਾ ਆਗਾ ਆਪ ਇੱਕ ਡ੍ਰੌਪ ਦਾ ਵਨ ਦਾ ਔਰ ਅਗੇ ਨਾ ਬਾਦ ਵਨ ਆਫ ਦਾ ਕਾਈਂਡ ਚਿਰ ਕੁੰ ਬਕੀ ਦਾ ਸਪੋਰਟ ਮੂਵਮੈਂਟ ਔਰ ਸਟਾਰ ਬਕੀ ਬੁਦਾਰ ਸੀ ਬਿਗਿਨ ਮਲਟੀਪਲਾਇਰ ਪੱਕੀ ਜੀ ਜਗ੍ਹਾ ਗੇਮ ਡਿਜ਼ਾਈਨ ਪੱਕੇ ਦਾ ਅਗੇ ਨਾ ਬਾਅਦ ਜਿਹੜਾ ਥਰਡ ਪਾਰਟੀ ਕਿਉ ਐਸੀ ਐਡਸਟ੍ਰੇਸ਼ਨ ਹੋ ਪੱਕੇ ਰਿਫਾਰਮ ਮੀਟਾਵਰਸ ਵਾਲਾ ਕੀ ਜੀ ਕੁਆਟਰ 4 ਤੱਕ ਅਮਰ ਲੋਡ ਨੂੰ ਬਈ ਦਾ ਟੂਨ ਨਾ ਪਹਿਲਾ ਹੋ ਜਾਂਦਾ ਵਰਜ਼ਨ 1 ਕੋ ਜਿਹਦਾ ਲਾਂਚ ਮੀਟਾਵਰਸ ਵਾਲਾ ਕੀ ਜੀ ਜਾਂ ਵੀ ਜੀ ਐਕਸੈਸ ਦਰ ਦੇ ਜਾਂ ਕਈ ਆਇਕੋਨਿਕ ਟੋਕਨ ਜਿਹਦਾ ਆਗਾ ਉਹ ਕਈ ਐਨਐਫਟੀ ਔਰ ਗੇ ਜਿਹਦਾ ਫਿਆਟ ਔਰ ਆਇਕੋਨਿਕ ਟੋਕਨ ਜਿਹਦਾ ਉਹ ਪੱਕੇ ਕਰਵਟ ਕਵਾਇਸ਼ ਹੈ ਆਇਕੋਨਿਕ ਸਟੇਕਿੰਗ ਉਪਕੇ ਮੌਜੂਦ ਕੀ ਕਲੈਕਸ਼ਨ ਟੇਕ ਡ੍ਰਾਪ 2 ਆਇਕੋਨਿਕ ਵਾਲਾ ਉਹ ਪੱਕੇ ਪਲਾਨ ਦਾ ਕੁਆਟਰ 1 2023 ਕਿ ਉਮਰ ਵਕਸ ਨੂੰ ਦਾ ਭਾਈ ਦਾ ਮੋਬਾਈਲ ਐਂਡਰੋਇਡ ਕੇ ਬੋਏ ਕੋਨੇ ਕੀ ਦਰੁਸ਼ੀ ਕਨੈਕਟ ਡੀਵੀ ਬੁਰੁਸ਼ੀ ਸੈਕੰਡ ਜਨਰੇਸ਼ਨ ਉਪ ਗਿਰੁਸ਼ੀ ਇੰਡੀ ਗੇਮ ਵਾਲਾ ਦਾ ਟੋੜ ਵਾਲਾ ਗੇਮਿੰਗ ਟੀਮ ਕੋਈ ਫੀਚਰ ਰਿਲੀਜ਼ ਹੋਇਆ ਕਨੈਕਟ ਕਲੈਕਸ਼ਨ ਟੈਕ ਡ੍ਰੌਪ 3 ਉਪ ਗਿਰੁਸ਼ੀ ਔਰ ਕਬਿਆ ਮੁਝੇ ਵਕਸ ਜੀ ਕੁਆਟਰ 2 2023 ਕੀ ਚਾਹਦਾ ਨੋ ਗਾਨੀ ਕੀ ਦਾ ਆਈਐਸ ਬਨ ਰੁਸ਼ੀ ਅਗੇ ਨਾ ਬਾਤ ਦਾ ਫਿਆਟ ਔਰ ਆਨਲਾਈਨ ਪ੍ਰੋਵਾਈਡਰ ਉਪ ਗਿਰੁਸ਼ੀ ਕਲੈਕਸ਼ਨ ਟੈਕ ਡ੍ਰੌਪ ਕੇ ਦਾ ਬੈਥਨ ਰਿਡੀਸ਼ਨ ਬੁਦੇ ਵਾਲਾ ਜੀ ਕੁਆਟਰ 3 ਕੇ ਔਰ ਅਗੇ ਨਾ ਬਾਤ ਜਿਹੜਾ ਆਦਾ ਸੇਵਕ ਸੇ ਜਿਵੇਂ ਦੇਖਿਆ ਕੋਨੇ ਕਲੈਕਸ਼ਨ ਪੈਕ ਡ੍ਰੌਪ 5 ਵਸੇ ਬਰੂਸ਼ੀ ਔਰ ਆਇਕੋਨਿਕ ਕਲੈਕਸ਼ਨ ਡ੍ਰੌਪ 6 ਜਿਹੜਾ ਗਾ ਉਹ ਕੁਆਟਰ 4 ਕੇ 2023 ਕੇ ਰੂਸ਼ੀ ਨੋ ਦੇਵ ਬਾਰੇ ਕਿ ਕਰਤੋ ਸੇ ਜਿਹੜਾ ਤਸ਼ੀ ਕਿਸਮ ਜਿਹੜਾ ਗਾ ਅਪਡੇਟ ਇਨਫੋਰਮੇਸ਼ਨ ਫੋਰ ਇਨ ਨਿਊਜ਼ ਆਫ ਦਾ ਈਮੇਲ ਜਿਹੜਾ ਗਾ ਖਪਲ ਵਕੇ ਜੇ ਦੋਸਤ ਲੇਟੈਸਟ ਅਪਡੇਟ ਜਿਹਦਾ ਮੇਰੋ ਸ਼ੇਅਰ ਨੰਬਰ ਲਾਈਟ ਪੇਪਰ ਪੜੋ ਕੋ ਆਇਸ਼ੀ ਟੈਲੀਗ੍ਰਾਮ ਟਵਿੱਟਰ ਪੇਜ ਔਰ ਡਿਸਕਾਰਡ ਜਿਹਦਾ ਦੇ ਵਾਲਾ ਸੋਸ਼ਲ ਕਮਿਊਨਿਟੀ ਦੇ ਗਾ ਜੁਆਇਨ ਕਈ ਲੇਟੈਸਟ ਅਪਡੇਟ ਤੁਸਤਾ ਮੇਰੋ ਜੀ ਨੋ ਦਾ ਯੋ ਜ਼ਬਰਦਸਤ ਪ੍ਰੋਜੈਕਟ ਦਾ ਆਇਕੋਨਿਕ ਪ੍ਰੋਜੈਕਟ ਦਾ ਜਿਹਦਾ ਕੰਮ ਖਾ ਜੁਆਇਨ ਕੇ ਜੀ ਤੁਸਤਾ ਹਰ ਕਿਸਮ ਜਿਹਦਾ ਦੇਵਾਰਾ ਅਪਡੇਟ ਇਨਫੋਰਮੇਸ਼ਨ ਮਿਲ ਕੇ ਜੀ ਔਰ ਦੇ ਕੇ ਅਰਨ ਜਿਹਦਾ ਤੁਸੀਂ ਤਾਂ ਐਨਐਫਟੀ ਸੂਰਤ ਕੇ ਮਿਲ ਕੇ ਜੀ ਮਤਾ ਇਹ ਜਗ੍ਹਾ ਕੋਈ ਦੇਖੇ ਦਾ ਕੀ ਸ਼ੁਕਰੀਆ।